ਮੇਰੇ ਮੇਰੇ ਪਾਸੇ ਮੇਰੇ ਲੜਾਈ ਨੂੰ ਸਾਹਮਣਾ ਕਰ ਰਿਹਾ। ਪਹਿਲਾਂ ਹੁਣ ਕਹਿੰਦੇ ਨੌਜਵਾਨ, ਇਹ ਆ ਕਹਿੰਦੇ ਮੇਰੇ ਵੀਰੋ ਲਵਲੀ ਗੁਰੂ ਸਰ ਪੈਂਦਾ ਖਿਡਾਰੀ ਦਾ, ਇਹ ਆ ਕਹਿੰਦੇ ਨੌਜਵਾਨ ਮੇਰੇ ਵੀਰੇ ਮੇਰੇ ਪਾਸੇ ਬਾਪੂ ਸੋਹਣ ਸਿੰਘ ਕਹਿੰਦੇ ਖੇਲ ਦਾ ਪੋਤਰਾ ਜਿਹਨੇ ਪਾਸੇ ਕਿਹੜੇ ਫੀਲਡਰ ਮਸ਼ਹੂਰ ਆ, ਹਰ ਇੱਕ ਦੇ ਦੋ ਆਪਣੀ ਟੀਮ ਦੇ ਖਿਡਾਰੀ ਕਹਿੰਦੇ ਜੋੜ ਰਿਹਾ ਹੈ। ਗਰਮੀ ਜਿਹੜੀ ਬਹੁਤ ਜ਼ਿਆਦਾ ਸੀ, ਹਰਦੇ ਪਾਸੇ ਕਹਿੰਦੇ ਚਰਚੇ ਆਉਂਦੇ ਪਾਸੇ ਬੱਲੇ 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 ਆ ਸੂਰਜ ਕਹਿੰਦੇ ਕਮਾਲ ਕਰ ਦਿੱਤੀ ਨੌਜਵਾਨ ਨੇ, ਰਾਫੀ ਬਣੇ ਉਰੀਸਾ ਬੱਬੂ ਕਹਿੰਦੇ ਫਰਜ ਫਰੂਟ ਦਾ ਖਿਡਾਰੀ ਮੇਰੇ ਪਾਸੇ ਆਊਟ ਕਰਕੇ ਮੋੜ ਦਿੱਤਾ। ਆਪ ਕੀਆ ਚੱਕ ਕਾਰਾ ਸਿੰਘ ਵਾਲਾ ਪਿੰਡਾ ਮੁੰਡਾ ਨੰਬਰਦਾਰ ਵਾਲਾ ਤੇ ਯਾਰੀਆਂ ਵੇਖ ਪੜ ਕਹਿੰਦੇ ਦੀਪਾ ਬਾਘੇ ਵਾਲੇ ਨਾਲ ਮੇਰੇ ਵੀਰੇ ਭਰਾਵਾਂ ਤੋਂ ਪੜ ਕੇ ਕਹਿੰਦੇ ਪਿਆਰ ਹੈ, ਔਰ ਕਹਿੰਦੇ ਗੁੱਡੇ ਬੰਨੇ ਫੇਰ ਗੱਭਰੂ ਕਹਿੰਦੇ ਪਿਆਰ ਹੈ ਤੇ ਗੋਡੇ ਵਾਲਾ ਪੁੱਜਾ ਹੋਇਆ ਸਾਡੇ ਮਾਂ ਹੋਣੇ ਆਉਣ ਵਾਲੇ ਦੋਨਾਂ ਨੂੰ ਦਿੱਤਾ ਫਿਰ ਸਾਡੇ ਕਹਿੰਦੇ ਭਰਾ ਨੇ ਗੁੱਡੇ ਕੱਟ ਦੀ ਕਹਿੰਦੇ ਚਰਚਾ ਜਿਹੜੀ ਕਹਿੰਦੇ ਚੱਲ ਰਹੀ ਹੈ ਖੇਡ ਮੈਦਾਨ ਦੇ ਵਿੱਚ ਵੱਡੇ ਮੁਕਾਬਲਿਆਂ ਦੀ ਕਹਿੰਦੇ ਕਮਾਲ ਕਰ ਦਿੱਤੀਆਂ ਮੇਰੇ ਵੀਰੋ ਰੌਣਕਾਂ ਬਹਾਰਾਂ ਜਿਹੜੀਆਂ ਵੱਡੀਆਂ ਨੇ ਤੇ ਕਿਰਪਾ ਕਹਿੰਦੇ ਸੱਚੇ ਪਾਤਸ਼ਾਹ ਦੀ ਆਹ ਸਾਹਮਣੇ ਕਹਿੰਦੇ ਬਾਲ ਬੋਦ ਲਈ ਕਹਿੰਦੇ ਲਵਲੀ ਇੱਧਰ ਕਹਿੰਦੇ ਫੇਰ ਖਿਡਾਰੀ ਵੱਧ ਆਇਆ ਚਾਰ ਕਰੋੜ ਦੇ ਕਹਿੰਦੇ ਮੁਕਾਬਲੇ ਆ ਇੱਕ ਕੁਆਟਰ ਮੈਚ ਕਹਿੰਦੇ ਚੱਲ ਰਹੇ ਨੇ ਤੇ ਕਹਿੰਦੇ ਮੇਰੇ ਵੀਰੋ ਫਿਰ ਸੈਮੀਆਂ ਦੀ ਗੱਲ ਹੋ ਰਹੀ ਹੈ, ਦੂਜੇ ਕੁਆਟਰ ਫਾਈਨਲ ਦੀ ਕਹਿੰਦੇ ਗੱਲ ਜਿਹੜੀ ਚੱਲ ਰਹੀ ਹੈ ਲਵਲੀ ਹੈ ਕਹਿੰਦੇ ਗੁਰੂ ਸਰ ਪਿੰਡ ਦਾ ਖਿਡਾਰੀ ਦਾ ਤੇ ਦੋਦੇ ਵਾਲਾ ਕਹਿੰਦੇ ਆਹ ਨਹੀਂ ਆਇਆ ਜ਼ਿਲ੍ਹੇ ਮੁਕਤਸਰ ਦੇ ਵਿੱਚ ਚੱਲ ਕੇ ਫਿਰ ਮੁੰਡੇ ਨੇ ਵੀ ਕਹਿੰਦੇ ਮੋਟਰਸਾਈਕਲ ਜਿੱਤੇ ਆ ਕਦੇ ਮੋਟਰਸਾਈਕਲ ਮਾਨ ਸਨਮਾਨ ਵਿੱਚ ਮਿਲਿਆ ਔਰ ਇੱਕ ਲੱਖ ਕਿਹੜੇ ਦੇਸ਼ ਪਰ ਬਾਘੇ ਨੇ ਕਹਿੰਦੇ ਮੇਰੇ ਵੀਰੋ ਜਿਹੜਾ ਮਾਨ ਸਨਮਾਨ ਦੇ ਦਿੱਤਾ ਇਸ ਖਿਡਾਰੀ ਨੂੰ ਉਹ ਅੱਗੇ ਦੇ ਨੌਜਵਾਨ ਪੁੱਛਾ ਮੇਰੇ ਵੀਰੋ ਜੀਰਾ ਕਹਿੰਦੇ ਗੁਰੂ ਸਰ ਪਿੰਡ ਆ ਜਿਹੜਾ ਕਹਿੰਦੇ ਗੁਰੂ ਸਰ ਦੀ ਧਰਤੀ ਦੇ ਕਹਿੰਦੇ ਗਿੱਲਾਂ ਦਾ ਮੁੰਡਾ ਇੱਧਰ ਤੋਦੇ ਵਾਲਾ ਤੋਦੇ ਵਾਲਾ ਤੋਦੇ ਵਾਲਾ ਆਹ ਸਾਹਮਣੇ ਕਹਿੰਦੇ ਟਰਾਈ ਕਰਦਾ ਇਹ ਯਾਰੀ ਵੀ ਇਹਨਾਂ ਦੀ ਕਹਿੰਦੇ ਪੱਕੀ ਆ ਪਰ ਅੱਜ ਸੱਜਰੇ ਸ਼ਰੀਕ ਬਣੇ ਹੋਏ ਆ ਸਕੋਰ ਦੇ ਪਾਸੇ ਕਹਿੰਦੇ ਚਾਰ ਆਪਣੀ ਟੀਮ ਦੇ ਖਿਡਾਰੀ ਕਹਿੰਦੇ ਜੋੜ ਦਾ ਆ ਆਹ ਸਾਹਮਣੇ ਕਹਿੰਦੇ ਬਾਲਾਂ ਜਿਹੜੀਆਂ ਕਹਿੰਦੇ ਪੈਂਦੀਆਂ ਨੇ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਬੱਲੇ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਦੇ ਕੋਕਾ ਬੰਨਾ ਤੇ ਜਾ ਬਣ ਜਾਣਾ ਸੁਰਮਾ ਅਗਲਾ ਮੈਂ ਗੁਲਾਮੀ ਵਾਲ ਦਾ ਵੀਰੇ ਸੱਚੀ ਨਹੀਂ ਅਸੀਂ ਉਹ ਕਾਨੀ ਤੇਰੀ ਦੇ ਮੜ ਕੇ ਅੱਜ ਤੈਨੂੰ ਟੱਕਰਾਂਗੇ ਪੱਕੇ ਨਾਲ ਸ਼ੇਅਰ ਕਰੀ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਆ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਕਹਿੰਦੇ ਖਿਡਾਰੀ ਜਿਹੜੇ ਟੌਪ ਦੇ ਕਹਿੰਦੇ ਧਰਤੀ ਤੇ ਪੁੱਜੇ ਹੋਏ ਨੇ ਰੌਣਕਾਂ ਬਹਾਰਾਂ ਜਿਹੜੀਆਂ ਵੱਡੀਆਂ ਨੇ ਮੇਰੇ ਵੀਰੋ ਬਾਕੀ ਮੈਂ ਆਵਾਂ ਏ ਜਿੰਦੂ ਨੂੰ
ਮੈਂ ਅਜੇ ਨਾ ਆਇਆ ਬਾਈ ਦਾ ਨਹੀਂ ਰਨ ਤਾਂ ਬਣਦਾ ਸੀਗਾ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਸਰਕਾਰ ਜੋ ਕਹਿੰਦੇ ਜੇ ਰਹਿਣਾ ਜਿੰਨੇ ਵੀ ਕਹਿੰਦੇ ਵੀਰ ਅੱਜ ਮਿਲਣਾ ਪੁੱਜੇ ਹੋਏ ਇਧਰ ਪਾਸੇ ਕਹਿੰਦੇ ਪੈਂਦੀ ਬਾਹਰ ਮਰਾਨ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਜੋ ਕਹਿੰਦੇ ਜੇ ਰਹਿਣਾ ਉਧਰ ਪਾਸੇ ਕਹਿੰਦੇ ਪਿੰਗਵਾਲ ਲੱਖਾ ਜੀ ਕਹਿੰਦੇ ਸਰਪੰਚ ਸਾਹਿਬ ਉਹ ਵੀ ਅਜੇ ਮਿਲਣਾ ਜੁੜੇ ਹੋਏ ਅਤੇ ਮਾਣ ਕਰਦੇ ਆ ਜੱਸੀ ਲੱਖੇ ਹਾਜੀ ਵਾਲੇ ਕਹਿੰਦੇ ਖੇਡ ਦੇ ਉੱਪਰ ਬਹੁਤ ਬਹੁਤ ਧੰਨਵਾਦ ਕਰਾਂਗੇ ਆਰਦੇ ਪਾਸੇ ਕਹਿੰਦੇ ਕਰਦੇ ਹੁੰਦੇ ਨੇ ਮਿਹਰਬਾਨੀਆਂ ਸਾਰੇ ਸੁਲਤਾਨ ਜੋ ਕਹਿੰਦੇ ਮੇਰੇ ਦੀ ਮੇਰੇ ਵੀਰੋ ਤੇ ਜਿਨ੍ਹਾਂ ਦੇ ਕਰਕੇ ਅੱਜ ਰੌਣਕਾਂ ਲੱਗੀਆਂ ਨੇ ਆਹ ਖਿਡਾਰੀ ਵੀਰੇ ਪਾਸੇ ਕਹਿੰਦੇ ਫਿਰ ਤਿਆਰ ਪਹਿਲੇ ਓਵਰ ਦੇ ਬਾਅਦ ਕਹਿੰਦੇ ਸਕੋਰ ਉੱਪਰੀ ਲਾਓ ਦੇ ਪਾਸੇ ਕਹਿੰਦੇ 14 ਸਕੋਰ ਦੇ 14 ਜਿਹੜੇ ਖੇਡ ਮੈਦਾਨ ਦੇ ਵਿੱਚ ਹੈ ਦੂਜਾ ਓਵਰ ਕਰਨ ਲਈ ਕਹਿੰਦੇ ਖਿਡਾਰੀ ਦੇ ਪਾਸੇ ਕਹਿੰਦੇ ਤਿਆਰ ਆ ਮੈਦਾਨ ਦੇ ਵਿੱਚ ਹੈ ਪਹਿਲੀ ਦੇ ਕਹਿੰਦੇ ਮੇਰੇ ਵੀਰੋ ਦੇ ਪਾਸੇ ਕਹਿੰਦੇ ਓਵਰ ਕਰਨਾ ਇਹਦਾ ਕਾਸੂ ਬੇਗੂ ਪਿੰਡ ਹੈ ਇੱਕ ਰੁਕੜਾ ਬੇਗੂ ਪਿੰਡ ਆ ਲਾਗੇ ਕਾਸੂ ਬੇਗੂ ਪਿੰਡ ਲਾਗੇ ਲਾਗੇ ਬੜੇ ਕਹਿੰਦੇ ਮਸ਼ਹੂਰ ਪਿੰਡ ਹੋਰ ਵਾਕਈ ਕਹਿੰਦੇ ਗੱਲਾਂ ਹੋ ਗਈਆਂ ਚੰਗਾ ਲੱਗਦਾ ਪਿਓਆ ਦੇ ਧੀਆਂ ਦਾ ਤੇ ਬਹੁਤਾ ਚਿਰ ਢਿੱਗ ਨਹੀਂ ਪਾਲਦਾ ਘਰ ਦੇ ਜੀਆਂ ਦਾ ਰੱਖ ਕੇ ਬਨੇਰੇ ਤੇ ਕਸੀ ਦਾ ਨੀ ਮੰਜਾ ਵੀ ਆ ਚੱਕ ਵੇ ਜੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਵੀ ਆ ਚੱਕ ਵੇ ਜੇ ਬੰਦੇ ਤੋਂ ਭਰਾਵਾਂ ਦੇ ਮੇਲੇ ਨੇ
ਲਾਰੇ ਜ਼ਿੰਦਗੀ ਨੂੰ ਲਾਗੇ ਇੱਥੇ ਪਾਠਾਂ ਬਣਾਉਂਦੇ ਹੱਥ ਪਾਲਦੀ ਚ ਪਾ ਕੇ ਸਾਰੇ ਮਿਰਜੇ ਨਾਲ ਇੱਕ ਛਿੱਕਾ ਮਾਰੇ ਓਏ ਬੰਦੇ ਤਾਵੇ ਤਾਵੇ ਇੱਕ ਛਿੱਕਾ ਲੈ ਕੋਈ ਕੋਈ ਲੇਖਾਂ ਨੂੰ ਹਰਾਉਂਦੇ ਹੁੰਦੇ ਆ ਹਾਰ ਕਰੇ ਹੁੰਦੇ ਕਹਿੰਦੇ ਫੇਰ ਖਿਡਾਰੀ ਮੇਰੇ ਵੀਰੋ ਕੋਈ ਤਿਆਰ ਫੜ ਤਿਆਰ ਹੈ ਇੱਕ ਤਾੜੀ ਔਰ ਪਾਣੀ ਵਾਲੇ ਵੀਰਾਂ ਦੇ ਨਾਂ ਤੇ ਮਾਰੋ ਯਾਰ ਜਿਹੜੇ ਵੀਰ ਸਾਡੇ ਕਿਹੜੀ ਧੁੱਪ ਦੇ ਵਿੱਚ ਵੱਡੀ ਸੇਵਾ ਕਰ ਰਿਹਾ ਹੈ ਇਹਨੂੰ ਜ਼ਰੂਰ ਮਾਰ ਕਰ ਰਿਹਾ ਲਓ ਦੇ ਵੇਲੇ ਫੇਰ ਇਹਦੇ ਟਾਈ ਕੇ ਵੀ ਚੱਕ ਗਾਰਾ ਸਿੰਘ ਵਾਲਾ ਪਿੰਡ ਹੈ ਓਏ ਲਿਬੜਾ ਲੰਗਰ ਸਿੰਘ ਦੀ ਕਿਰਪਾ ਨਾਲ ਪਿੰਡਾਂ ਦੇ ਮੇਰੇ ਵੀਰੋ ਕਦੇ ਬਰੀ ਵਾਲਾ ਪਿੰਡ ਕਦੇ ਮਰਾਰ ਪਿੰਡ ਕਦੇ ਚੱਕ ਗਾਰਾ ਸਿੰਘ ਵਾਲਾ ਇਹ ਲਾਗੇ ਲਾਗੇ ਬੜੇ ਮਸ਼ਹੂਰ ਪਿੰਡ ਆ ਮੇਰੇ ਵੀਰੋ ਹਾਰ ਉਧਰ ਫੇਰ ਗੱਭਰੂ ਕਹਿੰਦੇ ਤਿਆਰ ਫਿਰ ਤਿਆਰ ਰਾਣਾ ਜਿਹੜੀਆਂ ਕਿਹੜੇ ਪੈਂਦੀਆਂ ਨੇ ਮੇਰੇ ਵੀਰੋ ਇਹ ਕੁਆਟਰ ਫਾਈਨਲ ਮੁਕਾਬਲੇ ਚੱਲਦੇ ਆ ਜਿਹੜੇ ਸਕੋਰ ਕਹਿੰਦੇ ਵੀਹ ਨੇ ਮੇਰੇ ਵੀਰੋ ਅਗਲਾ ਓਵਰ ਕਰਨ ਲਈ ਕਿਹੜਾ ਖਿਡਾਰੀ ਕਹਿੰਦੇ ਮੈਦਾਨ ਦੇ ਵਿੱਚ ਆਵੇਗਾ ਇੱਥੇ ਗੱਲ ਕਹਿੰਦੇ ਸਮੇਂ ਦੀ ਹੈ ਜਿਹੜੇ ਬਣ ਗਏ ਵੀਹ ਤੇ ਬਣੂਗਾ ਕੀ ਔਰ ਉਧਰਲੇ ਬੰਦੇ ਕਹਿੰਦੇ ਖਿਡਾਰੀ ਮੇਰੇ ਵੀਰੋ ਅਗਲਾ ਓਵਰ ਕਰਨ ਲਈ ਕਹਿੰਦੇ ਫੇਰ ਬਣ ਆਇਆ ਇੱਧਰ ਛੋਟਾ ਮੱਥਾ ਵੀ ਪਹੁੰਚਿਆ ਹੋਇਆ ਤੇ ਵੱਡਾ ਮੱਥਾ ਵੀ ਕਹਿੰਦੇ ਸੁਭਾ ਆਇਆ ਸੀ ਗੱਲਾਂ ਹੋਣਗੀਆਂ ਮੇਰੇ ਵੀਰੋ ਇੱਧਰ ਬੰਦੇ ਫੇਰ ਜਲਦੀ ਦਾ ਕਹਿੰਦੇ ਕਰ ਲਈ ਉਹ ਸਰਵਾਰ ਖਿਡਾਰੀ ਕਹਿੰਦੇ ਖੇਡ ਮੈਦਾਨ ਦੇ ਬਾਲਾ ਪਾਉਣ ਲਈ ਨੋਜਣ ਵੱਧ ਹੈ ਥੋੜੀ ਛੇਤੀ ਕਰੀਏ ਵੀਰੋ ਇੱਕ ਕੁਆਟਰ ਫਿਰ ਮੁਕਾਬਲੇ ਆ ਉਹ ਤੋਂ ਬਾਅਦ ਆਪਾਂ ਸੈਮੀ ਵੀ ਜਿਹੜੇ ਵਧੀਆ ਓਵਰ ਦੇ ਕੇ ਕਰਵਾਉਣੇ ਆ ਉਧਰੇ ਪਾਸੇ ਬਹੁਤ ਵੱਡਾ ਧਰਦਰ ਕਰੇਗੀ ਸ਼ਿੰਦਾ ਕਹਿੰਦੇ ਰਾਜਪੂਤ ਅਮਰੀਕ ਕਹਿੰਦੇ ਜਲਦਰ ਨਾਲ ਸੰਦੀਪ ਜਲਦਾਰ ਹੈ ਰਿੰਕੂ ਸਾਡਾ ਵੀਰ ਹੈ ਮਨਦੀਪ ਸਿੰਘ ਔਰ ਕਾਲੂ ਸਾਡਾ ਵੀਰ ਸਾਰੇ ਭਰਾ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਔਰ ਸਾਰੇ ਵੀਰਾਂ ਨੂੰ ਕਹਿੰਦੇ ਚੜ੍ਹਦੀ ਕਲਾ ਰੱਖੇ ਇਧਰ ਪਾਸੇ ਕਮਾਲ ਹੀ ਕਰ ਦਿੱਤੀ ਆ ਕਹਿੰਦੇ ਤੋਤੇ ਵਾਲਾ ਐਨ ਕਮਾਲ ਕਰ ਦਿੱਤੀ ਹੈ ਕਹਿੰਦੇ ਰਾਉਈਏ ਨੇ ਗੱਲ ਕਹਿੰਦੇ ਲਾ ਦਿੱਤੀ ਹੈ ਟਿਕਾਣੇ ਮੇਰੇ ਵੀਰੋ ਔਰ ਸਾਡੇ ਪਾਸੇ ਕਹਿੰਦੇ ਬੱਲੇ ਬੱਲੇ ਜਿਹੜੀ ਕਹਿੰਦੇ ਕਰਵਾ ਦਿੱਤੀ ਹੈ ਕਹਿੰਦੇ ਚੋਕਰ ਨੇ ਖਿਡਾਰੀ ਕਹਿੰਦੇ ਫੇਰ ਮਰਾਜ ਕਰੇ ਬਾਲ ਪਾਉਂਦੇ ਲਈ ਕਹਿੰਦੇ ਵੱਧ ਆ ਰਹੇ ਹੋ ਆਹ ਸਾਹਮਣੇ ਕਹਿੰਦੇ ਚੜ੍ਹਦੇ ਹੁੰਦੇ ਨੇ ਔਰ ਮੈਦਾਨ ਦੇ ਕਹਿੰਦੇ ਟੋਟੀ ਦਾ ਮੁਕਾਬਲਾ ਮੇਰੇ ਵੀਰੋ ਜਿਹੜਾ ਖੇਡਾ ਜਾ ਰਿਹਾ ਹੈ ਬਾਲਾਂ ਦੇ ਪਾਸੇ ਕਹਿੰਦੇ ਪੈਂਦੀਆਂ ਨੇ ਤੇ ਤੋਤੇ ਵਾਲਾ ਕਹਿੰਦੇ ਫੇਰ ਮੇਰੇ ਵੀਰੋ ਆਹ ਉਸ ਵੇਲੇ ਕਹਿੰਦੇ ਪਿਆਰ ਪ੍ਰਚਾਰ ਹੈ ਕਿ ਜਿਸ ਨੂੰ ਮਚਾਉਣਾ ਪੈਂਦਾ ਬੁੱਝਿਆ ਕਦੇ ਤਾਂ ਜਾਗੇ ਚੜ੍ਹਦੇ ਹੁੰਦੇ ਆ ਜੱਗ ਦੇ ਰੰਗ ਵੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਆਹ ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ ਇੱਕ ਮਿਹਨਤ ਕਰਨੀ ਪੈਂਦੀ ਹੈ ਇੱਕ ਜਿਹੜਾ ਸੰਘਰਸ਼ ਕਰਨਾ ਪੈਂਦਾ ਔਰ ਜਿਹੜੇ ਪਾਸੇ ਕਹਿੰਦੇ ਚੜ੍ਹਦੇ ਜਿਹੜੇ ਮੇਰੇ ਮੇਰੇ ਵੀਰੋ ਆਹ ਸਾਹਮਣੇ ਖੇਡ ਮਹਾਰਾਜ ਕਹਿੰਦੇ ਬੱਲੇ ਬੱਲੇ ਹੋ ਰਹੀ ਹੈ ਆਹ ਬਾਲ ਦੇ ਛੱਕਾਂ ਦਾ ਰੁਪਈਆ 500 ਕਮੇਟੀ ਵਾਲੇ ਕਹਿੰਦੇ ਰੁਪਇਆ ਜਾਣਾ ਆਹ ਬਾਲ ਤੇ ਕਮੇਟੀ ਵੱਲੋਂ ਟਾਈ ਕੀਤੀਆਂ ਲੋਈਆਂ ਦੇ ਹਰ ਦੂਜੇ ਪਾਸੇ ਕਹਿੰਦੇ ਬਾਲ ਵਾਇਰ ਹੈ ਔਰ ਛੱਕੇ ਦੇ ਰੁਪਈਆ ਕਹਿੰਦੇ 500 ਆ ਅੱਜ ਯਾਦੋ ਦੇ ਵੀ ਪੈਰ ਭੁੱਜੇ ਨਹੀਂ ਲੱਗਦੇ ਉਧਰੇ ਕਹਿੰਦੇ
ਮੈਨੂੰ ਲੱਗਦਾ ਉਧਰ ਪਾਸੇ ਕਹਿੰਦੇ ਨੋ ਆ ਜੀ, ਆ ਜਿਹੜੀ ਕਹਿੰਦੇ ਨੋ ਆ ਮੇਰੇ ਵੀਰ ਨੋ ਹੀ ਆ ਬਾਈ, ਰਾਹ ਤਾਂ ਨੋ ਹੀ ਆ ਬਾਈ ਬਾਈ, ਸਾਹਮਣੇ ਪਤਾ ਹੀ ਆ ਤੈਨੂੰ ਯਾਰ। ਬਾਈ ਯਾਰ ਤੂੰ ਪਹਿਲਾਂ ਆਪ ਨੋ ਦਿੱਤੀ ਆ ਯਾਰ, ਉਹ ਖੜ ਜੀ ਖੁਸ਼ ਬਾਈ ਖੜ ਜੀ, ਫਿਰ ਪਹਿਲਾਂ ਨੋ ਦਿੱਤੀ ਬਾਈ ਯਾਰ, ਇੱਥੇ ਆਉਣ ਤੋਂ ਫਿਰ ਇੱਕ ਬੰਦਾ ਖੜੋ ਯਾਰ ਲੈ। ਅੰਪੇਅਰ ਨੇ ਨੋ ਦਿੱਤੀ ਆ ਬਾਈ ਯਾਰ, ਲੈ ਵੀ ਜਲਦੀ ਅਗਲੇ ਪਾਸੇ ਕਹਿੰਦੇ ਫੈਸਲਾ ਕਰੀਏ, ਮੇਰੀ ਬੇਨਤੀ ਹੈ ਜਲਦੀ ਆਪਾਂ ਜਿਹੜਾ ਫੈਸਲਾ ਕਰ ਦਿਓ, ਕਿਰਪਾ ਕਰਕੇ ਬੇਨਤੀ ਹੈ ਸਾਡੇ ਸਤਿਕਾਰ ਦੇ ਪੂਰੇ ਭਰਾਵਾਂ ਨੂੰ ਜਲਦੀ ਦੇ ਨਾਲ ਅਗਲੇ ਪਾਸੇ ਕਹਿੰਦੇ ਫੈਸਲਾ ਆਪਾਂ ਕਰ ਦਈਏ, ਮੇਰੀ ਬੇਨਤੀ ਹੈ ਵੀਰੋ ਜਲਦੀ ਜਿਹੜੇ ਵੀਰੇ ਆਪਾਂ ਫੈਸਲਾ ਕਰ ਦਈਏ, ਕਿਰਪਾ ਕਰਕੇ ਬੇਨਤੀ ਹੈ ਭਰਾਵਾਂ ਸਾਡਿਆਂ ਨੂੰ ਧੰਨਵਾਦ ਕਰਾਂਗੇ ਸਾਡੇ ਸਰਕਾਰ ਦੇ ਪੂਰੇ ਭਰਾਵਾਂ ਦਾ। ਚੱਲ ਉਹਨੂੰ ਐ ਹੋ ਗਿਆ ਹੋ ਗਈ, ਉਹ ਰੁਕ ਗਿਆ ਤਿੰਨ ਬਾਲਾਂ ਪਈਆਂ ਛੁਰਾ ਆ ਯਾਰ, ਦੋ ਤਾਂ ਮੈਚ ਰਹਿ ਗਏ, ਇੱਕ ਛਿੱਕਾ ਮਾਰਦਾ ਸਹੀ ਆ ਕੋਈ ਨੀ, ਪੱਪੂ ਨੂੰ ਕਿਹਾ ਮੈਂ ਆਪ ਯਾਰ ਫਿਰ ਕੀ ਤਾਂ ਪੰਜ ਮੈਚ ਚਾਰ ਕੁਆਟਰ ਹੀ ਅਮੀਰ ਤਾਂ ਯਾਰ ਚਲਾ ਮੈਚ ਕਰ ਲੈਂਦੇ ਨੂੰ ਠੀਕ ਹੈ ਨਾ।
ਡਬਲ ਲੈ ਲਓ, ਡਬਲ ਨਹੀਂ ਹੁੰਦਾ। ਆਉਦਰੇ ਪਾਸੇ ਕਹਿੰਦੇ ਕਮਾਲ ਕਰਦੇ ਦੀ ਖੇਡ ਬਾਲ ਕੇ ਲੱਗ ਰਹਾ ਬੋਰ। ਗੱਲ ਕਹਿੰਦੇ ਟਿਕਾਣੇ ਲਾ ਦਿੱਤੀ ਆ,
ਉਹ ਤੂੰ ਤਾਂ ਮੁੜਿਆ ਮੱਥੇ ਓ ਯਾਰ ਉਹ ਬੰਦੇ ਦਾ ਧਿਆਨ ਜਾ ਉੜਿਆ ਬਾਲ ਚ ਮੁੜਿਆ ਤੁਸੀਂ ਤਾਂ ਯਾਰ ਓਏ ਲਵਲੀ ਓਏ ਅਰਸ਼ੀ ਓਏ ਅਰਸ਼ੀ ਮੈਂ ਬੋਲਿਆ ਨੀ, ਮੈਂ ਹੁਣ ਵੀ ਨੀ ਬੋਲਿਆ, ਮੈਂ ਉਹਨੇ ਨਾ ਬੋਲਿਆ, ਉਹ ਤੇਰਾ ਰੌਲਾ ਹੀ ਹੁੰਦਾ, ਮੈਂ ਬੋਲਿਆ ਖੇਡ ਗਿਆ ਗਾਲੀ ਕਰੇ ਸਾਡਾ ਕੇਕੇ ਦੇ ਆਸ਼ਿਕੋ ਤੋਂ
ਨਿਸ਼ਾਨ ਕਰੋ ਦਿਹਾਲੇ ਵਾਲਾ ਹੁਣ ਬਾਲ ਦੇ ਪਾਸੇ ਕਹਿੰਦੇ ਗੋਲਾ ਕਹਿੰਦੇ 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 ਔਰ ਨਾਲ ਹੀ ਸਰਕਾਰ ਦੇ ਭਰਾਵਾਂ ਦਾ ਆਪਾਂ ਧੰਨਵਾਦ ਕਰਾਂਗੇ ਚਾਹ ਹੀ ਲਿਆ ਦੇ ਨਿਬੜ ਜੂ ਯਾਰ ਕੋਈ ਨਾ ਸ਼ਰਾਰਤੀ ਅਨਸਰਾਂ ਨੂੰ ਬੇਨਤੀ ਵੀ ਜਿਹੜਾ ਇੱਕ ਅੱਧਾ ਵੀ ਡਿੱਗੇ ਆ ਗਏ ਨੇ ਇਹਨਾਂ ਦੇ ਤੇ ਹਿਸਾਬ ਲਾ ਲਿਓ ਵੀ ਮੈਨੂੰ ਪਤਾ ਵੀ ਵੀਰ ਕਹਿੰਦੇ ਫਿਰ ਸਾਡੀ ਮਰਜ਼ੀ ਹੈ ਹਰ ਦੋ ਪਾਸੇ ਬਹੁਤ ਬਹੁਤ ਧੰਨਵਾਦ ਕਰਕੇ ਵੀਰਾਂ ਦਾ ਖੇਤੀ ਮੁੜੀ ਗਿਆ ਭੱਜ ਕੇ ਮੌਕੇ ਇੱਕ ਮਿੰਟ ਗੱਲ ਸੁਣ ਲੋ ਜੇ ਬਾਲ ਤੇ ਛਿੱਕਾ ਵੱਜਦਾ ਠੀਕ ਅਸੀਂ ਕਹਿੰਦੇ ਛਿੱਕਾ
ਬੈਠੇ ਪਾਈ ਜਾਂਦੇ ਗਾਲਾਂ ਜਿਹੜੀਆਂ ਲਾਈਵ ਦੀ ਜਾਂਦੀਆਂ ਮਾੜਾ ਮੋਟਾ ਇਧਰ ਪਾਸੇ ਥੋੜਾ ਧਿਆਨ ਦੇ ਕੇ ਯਾਰ ਵੀਰ ਬੰਦੇ ਥੋੜਾ ਸਾਈਡ ਤੇ ਹੋ ਜਾਈਏ ਚਾਰ ਛਿਆਲੀਆ ਟਾਰਗੇਟ ਕੀਰਤੀ ਨੇ ਮਾਰੀ ਥਾਪੀ ਵੀਰੇ ਬਸ ਆਪਦੀ ਲੋਹਰ ਵਿੱਚ ਮਾਰ ਕੇ ਥਾਪੀ ਦੋਤਿਆਂ ਨੂੰ ਪਤਾ ਲੱਗਿਆ ਜੀ ਮੈਨੂੰ ਕਿਸੇ ਨੇ ਆਊਟ ਕੀਤਾ ਵਧੀਆ ਵਧੀਆ ਬਰਾੜ ਸਾਹਿਬ ਜੀ ਕੀ ਹਾਲ ਚਾਲ ਮਾਮੇ ਨੂੰ ਭੇਜਣਾ ਦੂਜਾ ਹੋਇਆ ਮਾਮਾ ਤੈਨੂੰ ਮਾਰੀ ਮਾਮਾ ਕੱਲ ਨੂੰ ਖੇਡਣ ਦਾ ਵਧੀਆ ਵਧੀਆ ਵੀਰੇ ਮੰਗੀ ਬਰਾੜ ਜੀ ਕੀ ਹਾਲ ਚਾਲ ਨੇ ਬਰਾੜ ਸਾਹਿਬ ਉਹ ਠੀਕ ਠਾਕ ਨੇ ਵਧੀਆ ਵਧੀਆ ਬਰਾੜ ਸਾਹਿਬ ਮੰਗੀ ਬਰਾੜ ਜੀ ਛਿਆਲੀ ਦਾ ਛਿਆਲੀ ਵਧੀਆ ਵਧੀਆ ਵੀਰੇ ਸਿਪਰ ਰਾਏ ਵੀਰੇ ਹੋਰ ਜੀ ਸੈਮ ਸੰਧੂ ਸਾਹਿਬ ਜੀ ਵਧੀਆ ਜੀ ਸਾਡੇ ਛਿਆਲੀ ਦਾ ਟਾਰਗੇਟ ਹੈ ਗੱਗੂ ਜੀ ਠੀਕ ਹੈ ਜੀ ਵੀਰੇ 46 ਸਕੋਰ ਦਾ ਵੀਰੇ ਟਾਰਗੇਟ ਹੈ ਉਧਰ ਕਿਹਦੇ ਖੇਡ ਮੈਦਾਨ ਦੇ ਵਿੱਚ ਵਧੀਆ ਵਧੀਆ ਵੀਰੇ ਸਾਰੇ ਓਕੇ ਵੀਰੇ 45 ਜਿਹੜੇ ਮੁੱਖੇ ਦਾ ਚੌਥਾ ਕੁਆਟਰ ਹੈ ਵੀਰੇ ਮਾਸਟਰ 46 ਸਕੋਰ ਦਾ ਕਿਹਦੇ ਟਾਰਗੇਟ ਹੈ ਗੁਲਾਮੀ ਵਾਲੇ ਪਿੰਡ ਦੀ ਟੀਮ ਆਵੇ ਪੱਕੇ ਦੀ ਟੀਮ ਆ ਗਈ ਉਧਰ ਟੌਸ ਦੇ ਲਈ ਇਹਨੂੰ ਬਾਅਦ ਜਿਹੜਾ ਕਿਹਦੇ ਮੈਚ ਕੁਆਟਰ ਖੇਡਣਾ ਤੀਜਾ ਜਿਹੜੀਆਂ ਟੀਮਾਂ ਅਗਲੇ ਪਾਸੇ ਆ ਗਈਆਂ ਨੇ ਬਹੁਤ ਬਹੁਤ ਧੰਨਵਾਦ ਕਰਾਂਗੇ ਵੀਰਾਂ ਦਾ ਨਾਲ ਸੋਹਣੇ ਮੇਰੇ ਚਰਚੇ ਹੋਇਆ ਕਿਹੜੇ ਭਰਾਵਾਂ ਦੇ ਮੇਲੇ ਨੇ ਬਹੁਤ ਵੱਡਾ ਧੰਨਵਾਦ ਕਰਾਂਗੇ ਉਧਰਲੇ ਪਾਸੇ ਕਿਹੜੇ ਭਲਵਾਨ ਸਾਡਾ ਵੀਰ ਆ ਔਰ ਕਾਲੇ ਭਲਵਾਨ ਦਾ ਕਿਹੜੇ ਤਹਿ ਦਿਲੋਂ ਧੰਨਵਾਦ ਕਰਾਂਗੇ ਬਹੁਤ ਵੱਡੀ ਕਹਿੰਦੇ ਜ਼ਿੰਮੇਵਾਰੀ ਕਹਿੰਦੇ ਸਾਂਭ ਰੱਖੀ ਹੈ ਮੇਰੇ ਵੀਰੋ ਅੱਜ ਦੇ ਕਹਿੰਦੇ ਮੇਲੇ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਾਂਗਾ ਵੀਰੋ ਦਾ ਹੈਲੋ ਲੈ ਵੀ ਦੋਵੇਂ ਟੀਮਾਂ ਇਧਰਲੇ ਪਾਸੇ ਆ ਗਈਆਂ ਨੇ ਗੁਲਾਮੀ ਵਾਲੇ ਦੇ ਕਹਿੰਦੇ ਪੱਕਾ ਉਧਰ ਤਾਰ ਜਿਹੜਾ ਕਹਿੰਦੇ ਜਿਹੜਾ 45 ਦੇ ਕਹਿੰਦੇ 46 ਸਕੋਰ ਦਾ ਮੇਰੇ ਵੀਰੋ ਨਾ ਉਧਰਲੇ ਪਾਸੇ ਕਹਿੰਦੇ ਪਿੰਡੀ ਬਾਲ ਆ ਸਿਮਰੇ ਕਹਿੰਦੇ ਕਰਾਰ ਕਰ ਦਿੱਤੀ ਕਹਿੰਦੇ ਰਾਉਲੀ ਨੇ
ਬਹਾਰਾ ਜਿਹੜੀਆਂ ਵੱਡੀਆਂ ਨੇ
ਤੇ ਕਿਰਪਾ ਕਹਿੰਦੇ ਸੱਚੇ ਪਾਤਸ਼ਾਹ ਦੀ ਆਹ ਵੱਡੇ ਵੱਲੋਂ ਦੀ ਕਹਿੰਦੇ ਚਰਚਾ ਜਿਹੜੀ ਚੱਲ ਰਹੀ ਹੈ ਆਹ ਖਿਡਾਰੀ ਦੇ ਬੰਦੇ ਕਹਿੰਦੇ ਚੋਗ ਦੀ ਟੀਮ ਹੈ ਨਹੀਂ ਅੱਜ ਦੂਜੀ ਜਗ੍ਹਾ ਵੀਰੇ ਲਾਈ ਚੱਲਦਾ ਤੇ ਉੱਥੇ ਚੋਗ ਖੇਡਦੀ ਪਈ ਇੱਥੇ ਹੈ ਨਹੀਂ ਵੀਰੇ ਆਥੇ ਜੀ ਵੀਰੇ ਅੱਖ ਸੋ ਰਹੇ ਅੱਜ ਕੱਤੇ ਨਹੀਂ ਹੋਣਾ ਬਾਈ ਬੰਦੇ ਥੋੜੀ ਛੇਤੀ ਕਰੀਏ ਆਹ ਮੈਚ ਘੰਟਾ ਲਵਾਤਾ ਯਾਰ ਬਾਈ ਬੰਦੇ ਜਲਦੀ ਉਧਰੇ ਪਾਸੇ ਕਹਿੰਦੇ ਮੈਚ ਸ਼ੁਰੂ ਕਰ ਦਈਏ ਕਿਰਪਾ ਕਰਕੇ ਬੇਨਤੀ ਹੈ ਨਾ ਸਮੜਿਆ ਕਹਿੰਦੇ ਮੱਥਾ ਇਹ ਕਹਿੰਦੇ ਨੌਜਵਾਨ ਛੋਟਾ ਮੱਥਾ ਹੈ ਇਹਨੂੰ ਪਿਆਰ ਨਾਲ ਮਾਣੋ ਵੀ ਕਹਿੰਦੇ ਆ ਵੀਰੇ ਬਾਲਾ ਕਰ ਰਹੀ ਹੈ ਕਹਿੰਦੇ ਮੁਰਾਦ ਅੱਠ ਨੇ ਨਾ ਉਧਰੇ ਪਾਸੇ ਕਹਿੰਦੇ ਜਿਹੜੇ ਪਹਿਲੇ ਵਾਰ ਦੀ ਸਮਾਪਤੀ ਬਾਹਰ ਹੋਰ ਠੱਤੀ ਰਹਿੰਦੇ ਨੇ ਸਾਰਾ ਪਹਿਲਾਂ ਨਵੀਂ ਬੱਗੀ ਥੋੜੀ ਜਿਹੀ ਛੇਤੀ ਕਰੀਓ ਮੈਨੂੰ ਪ੍ਰਬੰਧ ਕਹਿੰਦੇ ਮੈਂ ਤੁਹਾਨੂੰ ਕਹਿਣਾ ਹੈ ਕਿਉਂਕਿ ਸਮਾਪਾ ਵਾਕਈ ਜਾਰੇ ਲਾ ਰਹੇ ਹੈ ਇਸੇ ਕਰਕੇ ਬੇਨਤੀ ਮੋਟੇ ਖੜੀਏ ਜਲਦੀ ਨਾਲ ਬਾਹਰ ਹੀ ਦੱਸ ਰਿਹਾ ਕਰੋ ਉਹਨੂੰ ਵੀ ਐਂ ਕਰ ਰਹੇ ਤੁਸੀਂ ਉੱਥੇ ਜਾ ਕੇ ਅਗਲਾ ਮੈਚ ਵੀਰੇ ਮੰਗੀ ਬਰਾੜ ਆਸਟ੍ਰੇਲੀਆ ਵੀਰੇ ਹੋਰ ਠੀਕ ਠਾਕ ਹੈ ਮੰਗਲ ਆਸਟ੍ਰੇਲੀਆ ਬਾਈ ਛੋਟਾ ਬਈ ਬੋਲ ਵੇਖੋ ਨਾ ਉਧਰੇ ਪਾਸੇ ਕਹਿੰਦੇ ਬਾਲ ਕਰਦੇ ਖਿਡਾਰੀ ਕਹਿੰਦੇ ਮੈਦਾਨ ਦੇ ਬਾਅਦ ਆਇਆ ਨਹੀਂ ਹੋਣਾ ਮਿਲਾਂਗੇ ਬਾਈ ਕਿਸੇ ਦਿਨ ਜ਼ਰੂਰ ਚਾਂਦੀ ਵਾਲਾ ਚੌਥਾ ਮੈਚ ਮਿਲਾਂ ਕਿਸੇ ਦਿਨ ਆਇਓ ਬਾਈ ਟਾਈਮ ਕੱਢ ਕੇ ਆਪਣੀ ਟੀਮ ਦੇ ਮੇਰੇ ਵੀਰੋ ਪਹਿਲੇ ਚੱਕ ਬੜੇ ਸੀ ਹੁਣ ਕਹਿੰਦੇ ਮੇਰੇ ਵੀਰੋ ਦੂਜੇ ਵਿੱਚ ਬਾਲ ਪਤਾ ਲੱਗਣਾ
ਤੇ ਦੂਜਾ ਗੁਲਾਮੀ ਵਾਲਾ ਅਗਲਾ ਮੈਚ ਹੈ। ਗੁਲਾਮੀ ਵਾਲੀ ਟੀਮ ਦੱਸੀ ਹੈ, ਦੱਸੋ ਗੁਲਾਮੀ ਵਾਲਾ ਬੋਲਰ ਦਾ ਨਾਂ ਕੀ ਆਏ? ਬੋਲਿੰਗ ਕਰੂਗੀ ਟੀਮ, ਬੋਲਿੰਗ ਬੋਲਿੰਗ ਕਰੂਗੀ ਟੀਮ। ਔਰ ਅਗਲੇ ਪਾਸੇ ਕਹਿੰਦੇ ਖਿਡਾਰੀ ਕਹਿੰਦੇ ਫਿਰ ਮੇਰੇ ਵੀਰੋ ਕਹਿੰਦੇ ਤਿਆਰ ਕਰ ਤਿਆਰ ਹੈ ਮੈਦਾਨ ਦੇ ਵਿੱਚ ਬਾਲਾ ਪਾਉਣ ਦੇ ਲਈ। ਖਿਡਾਰੀ ਕਹਿੰਦੇ ਵਾਧਾ ਹੋਇਆ ਆਹ ਵੱਡੇ ਮੇਲੇ ਦੀ ਕਹਿੰਦੇ ਵੱਡੀ ਚੜ੍ਹਨੀ ਜਿਹੜੀ ਕਹਿੰਦੇ ਛੁੜੀ ਹੋਈ ਹੈ। ਛੱਕਾਂ ਦਾ ਰੁਪਈਆ 500 ਰੁਪਏ ਜਿਹੜਾ ਕਰੇ ਅਰਸ਼ ਨੂੰ ਕਮੇਟੀ ਵੱਲੋਂ ਇੱਥੇ ਵੀ ਆ 500 ਰੁਪਇਆ ਲੱਗਦਾ ਆਪਣਾ ਅਰਸ਼ੀ। ਇੱਕ ਤਾੜੀ ਮਾਰੇ ਯਾਰ, ਬਹੁਤ ਸੋਹਣੀ ਬੈਟਿੰਗ ਕੀਤੀ ਮੁੰਡੇ ਨੇ। ਸਿੱਧੂ ਸਾਹਿਬ ਸਾਡੇ ਬਹੁਤ ਵੱਡਾ ਪਿਆਰ ਸਰਕਾਰ ਜਿਹੜਾ ਪੰਜਾਬੀ ਬੋਲਾਂ ਲਈ ਭੇਜਿਆ ਹੈ। ਔਰ ਸਰਮੁਖ ਕਹਿੰਦੇ ਸਿੱਧੂ ਸਾਹਿਬ ਵੀ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਰਹਾ, ਉਹਦੇ ਡੂੰਘੇ ਮਸਲੇ ਗੱਡੀ ਵਿੱਚ ਬੰਦੇ ਉਹਦੇ 6 ਬੰਦੇ ਨੇ 12 ਹੁੰਦੇ ਅਸਲੇ। ਔਰ ਬਹੁਤ ਬਹੁਤ ਧੰਨਵਾਦ ਕਰਾਂਗੇ। ਉਹਦੇ ਪਾਸੇ ਕਹਿੰਦੇ ਲੈ ਵੀ ਅਰਸ਼ੀ ਆਪਣੇ ਪੈਸੇ ਲੈ ਜਾ, ਪੈਸੇ ਲੈ ਜਾ 500 ਰੁਪਇਆ। ਸਰਮੁਖ ਸਿੱਧੂ ਸਾਹਿਬ ਸਾਡਾ ਵੀਰ ਹੈ, ਬਹੁਤ ਵੱਡਾ ਪਿਆਰ ਸਰਕਾਰ ਉਹਨਾਂ ਪੰਜਾਬੀ ਬੋਲਣ ਲਈ ਭੇਜਿਆ। ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ। ਉਹਦੇ ਪਾਸੇ ਕਹਿੰਦੇ ਗੱਲ ਕਰੇ ਲੱਗੀ ਟਿਕਾਣੇ, ਲੈ ਵੀ ਇੱਕ ਤਾੜੀ ਮਾਰ ਦੋ ਅਰਸ਼ੀ ਦੇ ਲਈ ਯਾਰ, ਇੱਕ ਤਾੜੀ ਯਾਰ ਆਪਣੇ ਨਗਰ ਲਈ ਮਾਰ ਦੋ ਜਿਹਨਾਂ ਨੇ ਮੇਲੇ ਦੀ ਚੜ੍ਹ